ਲਾਈਵ ਹੋਏ ਆ ਇਸ ਕਲੋਨੀ ਜਿਸ ਆਪਾਂ ਖੜੇ ਆ ਅਣ ਅਧਿਕਾਰਤ ਕਲੋਨੀ ਕ੍ਰਿਸ਼ਨਾ ਇਨਕਲੇਵ ਦੇ ਨਾਲ ਲੱਗਦੀ ਗੁਰੂ ਨਾਨਕ ਕਲੋਨੀ ਕੱਟੀ ਜਾ ਰਹੀ ਸੀ 12 ਕਿੱਲੇ ਦੀ ਕਲੋਨੀ ਹੈਗੀ ਆ ਇਸ ਸੰਬੰਧੀ ਚੜ੍ਹਦੀ ਕਲਾ ਟਾਈਮ ਟੀਵੀ ਤੇ ਜਿਹੜੀ ਖਬਰ ਪ੍ਰਕਾਸ਼ਿਤ ਹੋਣ ਉਪਰੰਤ ਜਿਹੜਾ ਸਥਾਨਕ ਸਰਕਾਰਾਂ ਦੇ ਜਿਹੜੇ ਪ੍ਰਸ਼ਾਸਨ ਹੈਗਾ ਹਰਕਤ ਵਿੱਚ ਆਇਆ ਸੀਗਾ ਔਰ ਇਸ ਕਲੋਨੀ ਖਿਲਾਫ ਜਿਹੜੀ ਹੈਗੀ ਵੱਡੀ ਕਾਰਵਾਈ ਹੋਈ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਕਿ ਇਸ ਕਲੋਨੀ ਨੂੰ ਜਿਹੜੇ ਢਾਉਣ ਦੇ ਹੁਕਮ ਜਾਰੀ ਹੋ ਚੁੱਕੇ ਆ ਔਰ ਇਸ ਕਲੋਨਾਈਜ਼ਰ ਜਿਹੜਾ ਕਲੋਨੀ ਦਾ ਜਿਹੜਾ ਮਾਲਕ ਹੈਗਾ ਕਲੋਨਾਈਜ਼ਰ ਦੇ ਖਿਲਾਫ ਜਿਹੜਾ ਹੈਗਾ ਮਾਮਲਾ ਦਰਜ ਕਰਨ ਸੰਬੰਧੀ ਜਿਹੜੀ ਹੈਗੀ ਲੈਟਰ ਲਿਖਿਆ ਗਿਆ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਇਸ ਸੰਬੰਧੀ ਤੁਹਾਨੂੰ ਥੋੜੀ ਵਿਸਤਾਰ ਚ ਜਾਣਕਾਰੀ ਦੱਸਣਾ ਚਾਹੁੰਦੇ ਕਿ ਗੁਰੂ ਨਾਨਕ ਇਨਕਲੇਵ ਦੇ ਨਾਮ ਤੇ ਜਿਹੜੀ ਹੈਗੀ 12 ਏਕੜ ਜ਼ਮੀਨ ਦੇ ਵਿੱਚ ਜਿਹੜੀ ਕਲੋਨੀ ਕੱਟੀ ਜਾ ਰਹੀ ਸੀਗੀ ਔਰ ਇਸ ਕਲੋਨੀ ਦੇ ਵਿੱਚ ਸੀਵਰੇਜ ਲਾਈਨ ਵਾਟਰ ਸਪਲਾਈ ਲਾਈਨ ਔਰ ਸੜਕਾਂ ਬਣਾ ਦਿੱਤੀਆਂ ਗਈਆਂ ਬਿਜਲੀ ਦੀਆਂ ਤਾਰਾਂ ਪਾ ਦਿੱਤੀਆਂ ਗਈਆਂ ਸੀਗੀਆਂ ਜਿਸ ਸੰਬੰਧੀ ਚੜ੍ਹਦੀ ਕਲਾ ਟਾਈਮ ਟੀਵੀ ਤੇ ਖਬਰ ਪ੍ਰਕਾਸ਼ਿਤ ਹੋਣ ਉਪਰੰਤ ਜਿਹੜਾ ਪ੍ਰਸ਼ਾਸਨ ਵੱਲੋਂ ਇੱਕ ਟੀਮ ਬਣਾ ਕੇ ADC ਜਿਹੜੇ ਹੈਗੇ ਸੀ ਕੋਮਲ ਮਿੱਤਲ ਉਸ ਸਮੇਂ ਦੇ ADC ਅਰਬਨ ਡਿਵੈਲਪਮੈਂਟ ਹੁੰਦੇ ਸੀਗੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ 29/7/2021 ਨੂੰ ਇੱਥੇ ਜਿਹੜੀ ਟੀਮ ਵੱਲੋਂ ਵਿਜ਼ਿਟ ਕੀਤਾ ਗਿਆ ਔਰ ਇਸ ਕਲੋਨੀ ਨੂੰ ਜਿਹੜਾ ਛਾਣਬੀਣ ਕੀਤੀ ਗਈ ਇਸ ਦੇ ਕਾਗਜ਼ ਖੰਗਾਲੇ ਗਏ ਜਿਸ ਦੌਰਾਨ ਪਾਇਆ ਗਿਆ ਕਿ ਇਹ ਜਿਹੜੀ ਕਲੋਨੀ ਹੈਗੀ ਆ ਉਹ ਅਣਅਧਿਕਾਰਤ ਕਲੋਨੀ ਹੈਗੀ ਆ ਇਸ ਸੰਬੰਧੀ ਫਿਰ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਇੱਕ 1466 ਨੰਬਰ ਪੱਤਰ ਲਿਖ ਕੇ 7ਵੇਂ ਮਹੀਨੇ ਜਿਹੜਾ ਇੱਕ ਪੱਤਰ ਲਿਖਿਆ ਗਿਆ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਲਕ ਦੇ ਖਿਲਾਫ ਜਿਹੜੀ ਹੈਗੀ FIR ਦਰਜ ਕਰਨ ਨੂੰ ਇੱਕ ਪੱਤਰ ਲਿਖਿਆ ਗਿਆ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਕਾਰਜ ਸਾਧਕ ਅਫਸਰ ਵੱਲੋਂ ਇਸ ਉਪਰੰਤ ਜਿਹੜੀ ਹੁਣ ਨਵੀਂ ਜਿਹੜੀ ਅਪਡੇਸ਼ਨ ਆਈ ਉਹ ਇਹ ਹੈ ਕਿ ਸਥਾਨਕ ਸਰਕਾਰਾਂ ਦੇ ਜਿਹੜੇ ਮੰਤਰੀ ਹੈਗੇ ਆ ਉਹਨਾਂ ਵੱਲੋਂ 9/11/2021 ਨੂੰ ਇੱਕ ਪੱਤਰ ਲਿਖਿਆ ਗਿਆ ਉਹ ਜਿਸ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਵੱਲੋਂ ਸਿਰਫ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ FIR ਦਰਜ ਕਰਨ ਤੋਂ ਇਲਾਵਾ FIR ਦਰਜ ਕਰਨ ਲਈ ਲੈਟਰ ਜਿਹੜਾ ਲਿਖਿਆ ਗਿਆ 1466 ਜਿਹੜਾ ਲਿਖਿਆ ਗਿਆ ਉਸ ਤੋਂ ਇਲਾਵਾ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਉਹਨਾਂ ਨੇ ਸਖ਼ਤ ਹਦਾਇਤ ਕੀਤੀ ਆਪਣਾ ਪੱਤਰ ਨੰਬਰ 9 ਨੂੰ ਜਿਹੜਾ ਲਿਖਿਆ ਗਿਆ ਹੈਗਾ ਪੱਤਰ ਨੰਬਰ ਹੈਗਾ 4347 ਮਿਤੀ 10/11/2021 ਨੂੰ ਇੱਕ ਪੱਤਰ ਲਿਖਿਆ ਗਿਆ ਕਿ ਉਹਦੇ ਵਿੱਚ ਉਹਨਾਂ ਨੇ ਵੇਰਵਾ ਦਿੱਤਾ ਕਿ 9/11/2021 ਨੂੰ ਜਿਹੜੇ ਹੈਗੇ ਆ ਮੰਤਰੀ ਵੱਲੋਂ ਸਥਾਨਕ ਸਰਕਾਰਾਂ ਦੇ ਮੰਤਰੀ ਵੱਲੋਂ ਜਿਹੜੀ ਹਦਾਇਤ ਆਈ ਆ ਕਿ ਇਸ ਕਲੋਨੀ ਦੀ ਜਿਹੜੀ ਹੈਗੀ ਆ 15 ਦਿਨ ਦੇ ਅੰਦਰ ਜਿਹੜੀ ਕਿ ਤੋੜਿਆ ਜਾਵੇ ਇਸ ਕਲੋਨੀ ਨੂੰ ਤੋੜਿਆ ਜਾਵੇ ਅਤੇ ਇੱਕ ਬਹੁਤ ਹੀ ਇਸ ਸੰਬੰਧੀ ਜਿਹੜਾ ADC ਨੂੰ ਵੀ ADC ਨੂੰ ਪੱਤਰ ਜਾਰੀ ਕੀਤਾ ਕਿ ਇਸ ਕਲੋਨੀ ਦੇ ਖਿਲਾਫ ਪਾਪਰਾ ਐਕਟ ਦੇ ਤਹਿਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਜਿਹੜਾ ਪੱਤਰ ਨੰਬਰ ਲਿਖਿਆ ਗਿਆ 4344 ਨੰਬਰ ਲਿਖਿਆ ਗਿਆ ADC ਮੋਹਾਲੀ ਨੂੰ ਮਿਤੀ 10/11/2021 ਇਸ ਤੋਂ ਇਲਾਵਾ ਜਿਹੜੀ ਬਹੁਤ ਹੀ ਦੱਸਣਯੋਗ ਗੱਲ ਹੈਗੀ ਹੈ ਕਿ ਨਗਰ ਕੌਂਸਲ ਜ਼ੀਰਕਪੁਰ ਨੂੰ ਜਿਹੜਾ ਪੱਤਰ ਲਿਖਿਆ ਗਿਆ ਉਸ ਦੇ ਵਿੱਚ ਇਹ ਲਿਖਿਆ ਗਿਆ ਕਿ ਇਸ ਕਲੋਨੀ ਨੂੰ 15 ਦਿਨ ਦੇ ਵਿੱਚ ਤੋੜਿਆ ਜਾਵੇ ਅਤੇ ਇਹ ਦੱਸਿਆ ਜਾਵੇ ਕਿ ਜਦੋਂ ਇਹ ਕਲੋਨੀ ਡਿਵੈਲਪ ਹੋਈ ਸੀ ਕਿ ਉਸ ਟਾਈਮ ਕਿਹੜੇ ਅਧਿਕਾਰੀ ਅਤੇ ਕਿਹੜੇ ਕਿਹੜੇ ਕਰਮਚਾਰੀ ਜਿਹੜੇ ਇੱਥੇ ਨਗਰ ਕੌਂਸਲ ਜ਼ੀਰਕਪੁਰ ਵਿੱਚ ਮੌਜੂਦ ਸੀ ਇਹ ਬਹੁਤ ਇੰਪੋਰਟੈਂਟ ਗੱਲ ਹੈਗੀ ਆ ਕਿ ਬੜਾ ਤਗੜਾ ਐਕਸ਼ਨ ਜਿਹੜਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈਗਾ ਕਿ ਜਿਹੜੇ ਵੀ ਅਫਸਰ ਇੱਥੇ ਮੌਜੂਦ ਸੀਗੇ ਉਸ ਸਮੇਂ ਉਹਨਾਂ ਦੇ ਨਾਮ ਪੁੱਛੇ ਗਏ ਬਕਾਇਦਾ ਨਾਮ ਪੁੱਛੇ ਗਏ ਕਿ ਜਦੋਂ ਇਹ ਕਲੋਨੀ ਡਿਵੈਲਪ ਹੋਈ ਆ ਉਸ ਸਮੇਂ ਇੱਥੇ ਕਿਹੜੇ ਕਿਹੜੇ ਅਧਿਕਾਰੀ ਜਿਹੜੇ ਇੱਥੇ ਹਾਜ਼ਰ ਸੀ ਇਹ ਆਪਾਂ ਤੁਹਾਨੂੰ ਫਿਰ ਦੁਬਾਰਾ ਦੱਸਣਾ ਚਾਹੁੰਦੇ ਕਿ ਇਹ ਕ੍ਰਿਸ਼ਨਾ ਇਨਕਲੇਵ ਬਲਾਕ ਡੀ ਦੇ ਨਾਲ ਜਿਹੜੀ ਹੈਗੀ ਗੁਰੂ ਨਾਨਕ ਕਲੋਨੀ ਦੇ ਨਾਮ 'ਤੇ ਇੱਕ ਜਿਹੜੀ ਕੱਟੀ ਗਈ ਹੈਗੀ ਆ ਇਹਦੇ 12 ਏਕੜ ਦੀ ਜ਼ਮੀਨ ਸੀਗੀ 12 ਏਕੜ ਦੇ ਵਿੱਚ ਜਿਹੜੀ ਕਲੋਨੀ ਕੱਟੀ ਗਈ ਪਿੰਡ ਗਾਜ਼ੀਪੁਰ ਜੱਟਾਂ ਕ੍ਰਿਸ਼ਨਾ ਇਨਕਲੇਵ ਬਲਾਕ ਡੀ ਦੇ ਨਾਲ ਗੁਰੂ ਨਾਨਕ ਇਨਕਲੇਵ ਦੇ ਨਾਂ 'ਤੇ ਜਿਹੜੀ ਕਲੋਨੀ ਕੱਟੀ ਗਈ ਆ ਜਿਸ ਨੂੰ ਅਣਅਧਿਕਾਰਤ ਘੋਸ਼ਿਤ ਕੀਤਾ ਗਿਆ ਕਿ ਅਣਅਧਿਕਾਰਤ ਕਲੋਨੀ ਹੈਗੀ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਡਿਵੈਲਪ ਹੋ ਰਹੀ ਆ ਇਸ ਦੇ ਵਿੱਚ ਸੀਵਰੇਜ ਲਾਈਨ ਸੜਕਾਂ ਖੰਭੇ ਵਗੈਰਾ ਸਭ ਕੁਝ ਲੱਗ ਚੁੱਕਾ ਸੀ ਸਟਰੀਟ ਲਾਈਟਾਂ ਵੀ ਲੱਗ ਚੁੱਕੀਆਂ ਹੈ ਔਰ ਜਿਹੜਾ ਸਾਨੂੰ ਜਾਣਕਾਰੀ ਮਿਲੀ ਹੈਗੀ ਕਿ ਇਸ ਦੇ ਵਿੱਚ ਕੁਝ ਪਲੋਟ ਵੀ ਸੇਲ ਕੀਤੇ ਜਾ ਚੁੱਕੇ ਸੀ ਉਸ ਸਮੇਂ ਜਿਹੜੇ ਕੁਝ ਪਲੋਟ ਵੀ ਸੇਲ ਕੀਤੇ ਜਾ ਚੁੱਕੇ ਸੀ ਪਰ ਹੁਣ ਇਸ ਕਲੋਨੀ ਨੂੰ ਜਿਹੜੇ ਹੈਗੇ ਢਾਉਣ ਦੇ ਆਰਡਰ ਜਿਹੜੇ ਜਾਰੀ ਹੋ ਚੁੱਕੇ ਆ ਦੇਖਣਾ ਪਵੇਗਾ ਕਿ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀ ਇਸ ਜਿਹੜੇ ਆਰਡਰ ਜਾਰੀ ਹੋਏ ਹੈੱਡ ਆਫਿਸ ਵੱਲੋਂ ਉਹਨੂੰ ਕਿੰਨੀ ਕੁ ਜਲਦੀ ਅਮਲ ਵਿੱਚ ਲਿਆਉਂਦੇ ਆ ਲਿਆਉਂਦੇ ਵੀ ਹੈ ਕਿ ਨਹੀਂ ਲਿਆਉਂਦੇ ਦੇਖਣ ਵਾਲੀ ਗੱਲ ਹੈ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਦੇ ਨਾਲ ਸੁਖਵਿੰਦਰ ਸੈਣੀ ਜ਼ੀਰਕਪੁਰ ਜਿੱਦਾਂ ਅਸੀਂ ਗੱਲ ਕਰ ਰਹੇ ਸੀ ਗੁਰੂ ਨਾਨਕ ਇਨਕਲੇਵ ਕਲੋਨੀ ਦੀ ਜਿਹੜੀ ਕ੍ਰਿਸ਼ਨਾ ਇਨਕਲੇਵ ਬਲਾਕ ਡੀ ਦੇ ਨਾਲ ਸਥਿਤ ਸੀਗੀ ਉਸ ਸੰਬੰਧੀ ਜਿਹੜਾ FIR ਦਰਜ ਕਰਨ ਦੇ ਜਿਹੜੇ ਆਰਡਰ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਦਿੱਤੇ ਗਏ ਸੀ ਸਾਡੀ ਇਸ ਸੰਬੰਧੀ ਜਿਹੜੀ ਗੱਲ ਹੈਗੀ ਕਾਰਜ ਸਾਧਕ ਇਹਨਾਂ ਨਾਲ ਹੋਈ ਸੀ ਆਪਣੇ ਗਿਰੀਸ਼ ਵਰਮਾ ਜੀ ਨਾਲ ਹੋਈ ਉਹਨਾਂ ਨੇ ਕਿਹਾ ਕਿ ਜੋ ਨਵੇਂ ਆਰਡਰ ਆਏ ਆ ਉਹ ਹੁਣ ਇਸ ਟਾਈਮ ਇਹਨਾਂ ਕੋਲ ਜਿਹੜੇ ਹੈਗੇ ਆ ਹਜੇ ਰਿਸੀਵ ਨਹੀਂ ਹੋਏ ਜੋ 10 ਦਾ ਜੋ ਲੈਟਰ 4344 ਨੰਬਰ ਸੀਗਾ ਉਹ ਇਹਨਾਂ ਕੋਲ ਹਜੇ ਕਹਿੰਦੇ ਰਿਸੀਵ ਨਹੀਂ ਹੋਇਆ ਜਦੋਂ ਰਿਸੀਵ ਹੋਏਗਾ ਇਸ ਸੰਬੰਧੀ ਜਿਹੜੀ ਹੈਗੀ ਆ ਜੋ ਵੀ ਕਾਰਵਾਈ ਆਏਗੀ ਉਹ ਦੱਸਣਗੇ
ਕੀ ਕੀਤਾ ਜਾਣਾ ਹੈ, ਕੀ ਨਹੀਂ ਕੀਤਾ ਜਾਣਾ। ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਜਿਹੜੀ ਕਲੋਨੀ ਸੀਗੀ ਉਸ ਨੂੰ ਜਿਹੜੇ ਢਾਉਣ ਦੇ ਆਰਡਰ ਆਏ ਹੋਏ ਆ ਕਿ ਉਸ ਕਲੋਨੀ ਨੂੰ 15 ਦਿਨ ਦੇ ਅੰਦਰ ਢਾਇਆ ਜਾਵੇ ਅਤੇ ਉਹਨਾਂ ਅਧਿਕਾਰੀਆਂ ਦਾ ਨਾਮ ਦੱਸਿਆ ਜਾਵੇ ਜੋ ਉਸ ਸਮੇਂ ਮੌਜੂਦ ਸੀ ਜਦੋਂ ਉਹ ਕਲੋਨੀ ਜਿਹੜੀ ਵਿਕਸਿਤ ਹੋਈ ਹੈਗੀ ਆ। ਔਰ ਇੱਥੇ ਦੱਸਣਯੋਗ ਹੈਗਾ ਕਿ ਨਗਰ ਕੌਂਸਲ ਜ਼ੀਰਕਪੁਰ ਵੱਲੋਂ 7ਵੇਂ ਮਹੀਨੇ ਦੇ ਵਿੱਚ ਲੈਟਰ ਲਿਖਿਆ ਗਿਆ ਸੀ ਉਸ ਕਲੋਨੀ ਦੇ ਕਲੋਨਾਈਜ਼ਰ ਦੇ ਖਿਲਾਫ ਜਿਹੜੀ FIR ਦਰਜ ਕਰਾਉਣ ਲਈ। ਉਸ ਤੋਂ ਬਾਅਦ ਕੁਝ ਰਿਮਾਈਂਡਰ ਵੀ ਭੇਜੇ ਗਏ ਜੋ ਪਤਾ ਲੱਗਾ, ਪਰ ਫਿਲਹਾਲ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਜਿਹੜੇ ਹੈਗੇ ਉਹ ਕਹਿੰਦੇ ਸਾਨੂੰ ਇਸ ਸੰਬੰਧੀ ਕੋਈ ਸਪਸ਼ਟ ਜਾਣਕਾਰੀ ਮੌਜੂਦ ਨਹੀਂ ਹੈਗੀ, ਜਦੋਂ ਕੋਈ ਲੈਟਰ ਪ੍ਰਾਪਤ ਹੋਏਗਾ ਉਸ ਸੰਬੰਧੀ ਜਿਹੜੀ ਉਹ ਦੱਸਣਗੇ। ਇਸ ਤੋਂ ਇਲਾਵਾ ਸਾਡੀ ਜਿਹੜੀ ਗੱਲ ਪੁਲਿਸ ਪ੍ਰਸ਼ਾਸਨ ਨਾਲ ਵੀ ਹੋਈ ਹੈਗੀ, ਪੁਲਿਸ ਪ੍ਰਸ਼ਾਸਨ ਦਾ ਵੀ ਕਹਿਣਾ ਹੈਗਾ ਕਿ ਇਸ ਸੰਬੰਧੀ ਜਿਹੜਾ ਲੈਟਰ ਉਹਨਾਂ ਕੋਲ ਨਹੀਂ ਮੌਜੂਦ ਹੈਗਾ, ਨਹੀਂ ਦੱਸਿਆ ਉਹਨਾਂ ਨੇ, ਦੱਸਿਆ ਕਿ ਇਸ ਸੰਬੰਧੀ ਹਜੇ ਉਹਨਾਂ ਕੋਲ ਲੈਟਰ ਨਹੀਂ ਆਇਆ। ਜਿਸ ਸਮੇਂ ਲੈਟਰ ਆਏਗਾ ਤਾਂ ਉਹ ਕਲੋਨਾਈਜ਼ਰ ਦੇ ਖਿਲਾਫ ਜਿਹੜੀ ਹੈ FIR ਦਰਜ ਕਰਨਗੇ।